ਸਰਕਾਰ ਦੇ ਵੱਲੋਂ ਜਿੱਥੇ ਚਾਈਨਾ ਡੋਰ ਦੇ ਉੱਤੇ ਸਖਤ ਪਾਬੰਦੀ ਲਗਾ ਦਿੱਤੀ ਗਈ ਹੈ, ਬਾਵਜੂਦ ਇਸ ਦੇ ਬਾਜ਼ਾਰ ਦੇ ਵਿੱਚ ਚਾਈਨਾ ਡੋਰ ਸ਼ਰੇਆਮ ਵਿਕਦੀ ਨਜ਼ਰ ਆ ਰਹੀ ਹੈ ਤੇ ਆਏ ਦਿਨ ਇਹ ਲੋਕਾਂ ਨੂੰ ਆਪਣਾ ਸ਼ਿਕਾਰ ਵੀ ਬਣਾ ਰਹੀ ਹੈ ਤੇ ਹੁਣ ਚਾਈਨਾ ਡੋਰ ਨੇ ਇੱਕ 7 ਸਾਲ ਦੇ ਮਾਸੂਮ ਨੂੰ ਆਪਣਾ ਸ਼ਿਕਾਰ ਬਣਾਇਆ ਜਿਸ ਦੀ ਕਿ ਜਾਨ ਜਾਂਦੇ ਜਾਂਦੇ ਬਚੀ ਹੈ। ਹਾਲਾਂਕਿ ਸਮਾਂ ਰਹਿੰਦੇ ਜੇਕਰ ਉਸ ਨੂੰ ਹਸਪਤਾਲ ਨਾ ਪਹੁੰਚਾਇਆ ਹੁੰਦਾ ਤਾਂ ਹੋ ਸਕਦਾ ਹੈ ਬੱਚੇ ਦੀ ਜਾਨ ਵੀ ਜਾ ਸਕਦੀ ਸੀ, ਪਰ ਗਨੀਮਤ ਰਹੀ ਕਿ ਡਾਕਟਰਾਂ ਨੇ ਮੌਕੇ ਤੇ ਹੀ ਸਫਲ ਆਪਰੇਸ਼ਨ ਕੀਤਾ ਅਤੇ ਬੱਚੇ ਨੂੰ ਮੌਤ ਦੇ ਮੂੰਹ ਵਿੱਚੋਂ ਕੱਢ ਲਿਆਂਦਾ। ਤਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ 7 ਸਾਲ ਦੇ ਮਾਸੂਮ ਦੇ ਜਦੋਂ ਉਹ ਸਾਈਕਲ ਤੇ ਜਾ ਰਿਹਾ ਸੀ ਤਾਂ ਅਚਾਨਕ ਉਸਦੇ ਗਲ ਦੇ ਵਿੱਚ ਚਾਈਨਾ ਡੋਰ ਲਿਪਟ ਜਾਂਦੀ ਹੈ ਤੇ ਜਿਸ ਤੋਂ ਬਾਅਦ ਉਸਦਾ ਗਲ ਬੁਰੇ ਤਰੀਕੇ ਦੇ ਨਾਲ ਕੱਟਿਆ ਜਾਂਦਾ। ਹਾਲਾਂਕਿ ਤਸਵੀਰਾਂ ਇੰਨੀਆਂ ਖਤਰਨਾਕ ਸਾਹਮਣੇ ਆਈਆਂ ਨੇ ਕਿ ਉਹ ਅਸੀਂ ਤੁਹਾਨੂੰ ਦਿਖਾ ਵੀ ਨਹੀਂ ਸਕਦੇ, ਪਰ ਕਿਤੇ ਨਾ ਕਿਤੇ ਚਾਈਨਾ ਡੋਰ ਹਾਲੇ ਵੀ ਵਿਕਦੀ ਨਜ਼ਰ ਆ ਰਹੀ ਹੈ ਕਿਉਂਕਿ ਚਾਈਨਾ ਡੋਰ ਦਾ ਲਗਾਤਾਰ ਇਸਤੇਮਾਲ ਹੋ ਰਿਹਾ। ਆਏ ਦਿਨ ਚਾਈਨਾ ਡੋਰ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੀ ਹੈ, ਪਸ਼ੂ ਪੰਛੀ ਜੋ ਲਗਾਤਾਰ ਇਸਦੀ ਚਪੇਟ ਦੇ ਵਿੱਚ ਆ ਰਹੇ ਨੇ। ਉੱਥੇ ਹੁਣ 7 ਸਾਲ ਦੇ ਮਾਸੂਮ ਦੀ ਜਾਨ ਜਾਂਦੀ ਜਾਂਦੀ ਬਚੀ ਹੈ। ਦਰਅਸਲ ਡਾਕਟਰਾਂ ਦੇ ਵੱਲੋਂ ਸਫਲ ਆਪਰੇਸ਼ਨ ਕਰਕੇ ਉਸ ਬੱਚੇ ਨੂੰ ਮੌਤ ਦੇ ਮੂੰਹ ਚੋਂ ਕੱਢ ਲਿਆਂਦਾ ਗਿਆ, ਪਰੰਤੂ ਕਿਤੇ ਨਾ ਕਿਤੇ ਹਾਲੇ ਵੀ ਲਗਾਤਾਰ ਚਾਈਨਾ ਡੋਰ ਦਾ ਕਹਿਰ ਦੇਖਣ ਨੂੰ ਮਿਲ ਰਿਹਾ। ਭਾਵੇਂ ਕਿ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਖਤ ਪਾਬੰਦੀਆਂ ਲਗਾਈਆਂ ਗਈਆਂ ਨੇ, ਪੁਲਿਸ ਦੇ ਵੱਲੋਂ ਲਗਾਤਾਰ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ, ਪਰ ਬਾਵਜੂਦ ਇਸਦੇ ਚਾਈਨਾ ਡੋਰ ਦਾ ਇਸਤੇਮਾਲ ਆਪਣੇ ਆਪ ਦੇ ਵਿੱਚ ਵੱਡੇ ਸਵਾਲੀਆ ਨਿਸ਼ਾਨ ਖੜੇ ਕਰਦਾ ਹੈ। ਸਾਡੇ ਕੋਲ ਕੱਲ ਇੱਕ 6 ਸਾਲ ਦਾ ਬੱਚਾ ਆਇਆ ਸੀ ਜਿਹੜਾ ਘਰੋਂ ਨਿਕਲਿਆ ਸਾਈਕਲ ਤੇ ਉਹਨੇ ਜੈਕਟ ਪਾਈ ਹੋਈ ਸੀ ਤੇ ਉਹ ਚਾਈਨਾ ਡੋਰ ਸੜਕ ਤੇ ਲਟਕੀ ਪਈ ਸੀ ਜਿਹਦੇ ਉੱਪਰ ਉਹਦਾ ਗਲਾ ਫਸ ਗਿਆ ਤੇ ਉਹਦਾ ਕੱਟ ਜਿਹੜਾ ਲੱਗਿਆ ਉਹ ਈਵਨ ਜੈਕਟ ਤੱਕ ਉਹਦੀ ਕੱਟੀ ਗਈ ਸੀ। ਉਹ ਜ਼ਖਮ ਜਿਹੜਾ ਸੀਗਾ ਕਾਫੀ ਡੂੰਘਾ ਸੀ, ਸੋ ਮਚ ਸੋ ਕਿ ਜਿਹੜੀ ਆਪਣੀ ਨੱਕ ਦੀ ਮਾਸਪੇਸ਼ੀਆਂ ਹੁੰਦੀਆਂ ਜਿਹਦੇ ਨਾਲ ਆਪਾਂ ਗਰਦਨ ਮੋੜਦੇ ਹਾਂ ਉਹ ਸਾਰੀਆਂ ਕੱਟੀਆਂ ਹੋਈਆਂ ਸੀ, ਨਾਲ ਜਿਹੜੀ ਸਾਹ ਦੀ ਨਾਲੀ ਜਿਹੜੀ ਜਿਹਦਾ ਆਪਾਂ ਸਾਹ ਲੈਂਦੇ ਹਾਂ ਉਹਦੇ ਉੱਪਰ ਤੱਕ ਕੱਟ ਪਹੁੰਚਿਆ ਹੋਇਆ ਸੀ। ਥੋੜ੍ਹਾ ਜਿਹਾ ਹੋਰ ਡੀਪ ਹੁੰਦਾ ਤਾਂ ਜਿਹੜੀ ਮੇਨ ਆਪਣੀ ਖੂਨ ਦੀ ਨਬਜ਼ ਹੁੰਦੀ ਜਿਹੜੀ ਬ੍ਰੇਨ ਨੂੰ ਜਾਂਦੀ ਹੈ ਉਹ ਕੱਟੇ ਦਾ ਰਿਸਕ ਬਣ ਜਾਣਾ ਸੀਗਾ। ਪੇਸ਼ੈਂਟ ਜਦ ਆਇਆ ਸੀ ਤਾਂ ਉਸ ਵੇਲੇ ਉੱਪਰਲੀ ਬਲੀਡਿੰਗ ਤਾਂ ਰੁਕੀ ਹੋਈ ਸੀ ਤਾਂ ਅਸੀਂ ਪੱਟੀ ਕਰਕੇ ਉਹਨੂੰ ਨਾਲ ਹੀ ਆਪਰੇਸ਼ਨ ਥੀਏਟਰ ਲੈ ਗਏ। ਆਪਰੇਸ਼ਨ ਥੀਏਟਰ ਦੇ ਅੰਦਰ ਫਿਰ ਉਹਦੀ ਮਾਸਪੇਸ਼ੀਆਂ ਨੂੰ ਜੋੜਿਆ, ਉਹਦੀ ਸਾਹ ਦੀ ਨਾਲੀ ਨੂੰ ਜੋੜਿਆ ਅਤੇ ਉੱਪਰ ਜਿਹੜੀ ਚਮੜੀ ਹੈਗੀ ਉਹਨੂੰ ਨਾਲ ਜੋੜਿਆ ਜਾਂ ਸਾਰੀ ਬਲੀਡਿੰਗ ਰੁਕ ਗਈ ਅਤੇ ਹੁਣ ਤਾਂ ਉਹ ਖਤਰੇ ਤੋਂ ਬਾਹਰ ਹੈਗਾ ਪਰ ਅੰਡਰ ਆਬਜ਼ਰਵੇਸ਼ਨ ਹੈ ਅਤੇ ਉਹਨੂੰ ਅਗਲੇ 3-4 ਦਿਨ ਅਸੀਂ ਦਾਖਲ ਰੱਖਾਂਗੇ ਤਾਂ ਕਿ ਜਦ ਤੱਕ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦਾ ਉਹਦੇ ਬਾਅਦ ਫਿਰ ਉਹਦੀ ਛੁੱਟੀ ਹੋ ਜਾਏਗੀ। ਬੱਚਾ ਜਿਹੜਾ ਹੈਗਾ ਉਹ ਮੰਡੀ ਅਮਨਗੜ੍ਹ ਤੋਂ ਹੈਗਾ ਜੀ ਅਤੇ ਉਮਰ ਉਹਦੀ 6-7 ਸਾਲ ਦੇ ਵਿੱਚ ਹੈਗੀ ਹੈ। ਬੱਚਿਆਂ ਦੇ ਅੰਦਰ ਆਪਾਂ ਨੂੰ ਸੈਕਿੰਡ ਚਾਂਸ ਨਹੀਂ ਮਿਲਦਾ ਹੁੰਦਾ ਅਤੇ ਇਸ ਤਰ੍ਹਾਂ ਦੀ ਜੇ ਸੱਟ ਲੱਗਦੀ ਇੰਨੀ ਬਲੀਡਿੰਗ ਹੁੰਦੀ ਹੈ ਤਾਂ ਬੱਚਿਆਂ ਦਾ ਲੋਸ ਬਹੁਤ ਜ਼ਿਆਦਾ ਹੋ ਜਾਂਦਾ ਬਲੱਡ ਦਾ, ਉਹਦੇ ਅੰਦਰ ਦਿੱਕਤ ਇਸ ਤਰ੍ਹਾਂ ਰਹਿ ਜਾਂਦੀ ਹੈ। ਦੂਜੀ ਚੀਜ਼ ਹੈਗੀ ਹੈ ਕਿ ਬੱਚਾ ਜਿਹੜੀ ਪ੍ਰੋਬਲਮ ਵਾਲੀ ਗੱਲ ਹੈਗੀ ਹੈ, ਬੱਚਾ ਸੀਗਾ ਸਾਈਕਲ ਦੇ ਉੱਪਰ, ਸਾਈਕਲ ਦੇ ਉੱਪਰ ਤੁਸੀਂ ਕਿੰਨਾ ਤੇਜ਼ ਚੱਲੋਗੇ, ਇਹੀ ਚੀਜ਼ ਕੁੱਟਦੇ ਹੋਈ ਹੁੰਦੀ ਤਾਂ ਫਿਰ ਸ਼ਾਇਦ ਹੋ ਸਕਦਾ ਬੱਚੇ ਦਾ ਬਚਣਾ ਮੁਸ਼ਕਿਲ ਸੀ, ਅਦਰਵਾਈਜ਼ ਹਲੇ ਉਹ ਡੇਂਜਰ ਤੋਂ ਬਾਹਰ। ਜਿਹੜੀ ਚੀਜ਼ ਨੂੰ ਆਪਾਂ ਨੋਰਮਲ ਚਾਈਨਾ ਡੋਰ ਕਹਿੰਦੇ ਹਾਂ ਜੀ ਉਹ ਐਕਚੁਅਲੀ ਹੁਣ ਚਾਈਨਾ ਦੇ ਅੰਦਰ ਨਹੀਂ ਬਣਦੀ, ਹੁਣ ਆਪਣੇ ਇੰਡੀਆ ਦੇ ਅੰਦਰ ਵੀ ਉਹਦੀ ਮੈਨੂਫੈਕਚਰਿੰਗ ਹੁੰਦੀ ਹੈ ਅਤੇ ਉਹ ਪਲਾਸਟਿਕ ਦੀ ਅਤੇ ਉਹਦੇ ਅੰਦਰ ਮੈਟਲ ਦੇ ਕੰਟੈਂਟਸ ਹੁੰਦੇ ਜਿਹਦੇ ਕਰਕੇ ਉਹ ਟੁੱਟਦੀ ਨਹੀਂ ਛੇਤੀ।
ਸਾਡੀ ਜਿਹੜੀ ਕੋਸ਼ਿਸ਼ ਹੈ ਉਹ ਲੋਕਾਂ ਨੂੰ ਇਹ ਦੱਸਣ ਦੀ ਹੈਗੀ ਹੈ ਅਤੇ ਅਸੀਂ ਇੰਟਰਨੈਟ ਰਾਹੀਂ ਇੰਸਟਾਗ੍ਰਾਮ ਰਾਹੀਂ ਆਪਣੇ ਵੈਬਸਾਈਟ ਰਾਹੀਂ ਵੀ ਇਹੀ ਚੀਜ਼ ਦੱਸਦੇ ਹਾਂ ਕਿ ਜੇ ਤੁਸੀਂ ਉਹਨੂੰ ਖਰੀਦੋਗੇ ਨਹੀਂ ਤਾਂ ਉਹ ਵਿਕੂਗੀ ਨਹੀਂ, ਜੇ ਵਿਕੇਗੀ ਨਹੀਂ ਤਾਂ ਉਹ ਕਿਸੇ ਨੂੰ ਸੱਟ ਨਹੀਂ ਲੱਗੂਗੀ। ਜਿਹੜੇ ਉਪਭੋਗਤਾ ਨੇ, ਜਿਹੜੇ ਕੰਜ਼ਿਊਮਰ ਹੈ, ਮੇਰੀ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਉਹ ਇਸ ਚੀਜ਼ ਦੀ ਵਰਤੋਂ ਕਰਨੀ ਬੰਦ ਕਰਨ, ਬਿਲਕੁਲ ਹੀ ਬੰਦ ਕਰਨ। ਜੇ ਇੱਕ ਜਣਾ ਵੀ ਲੈਂਦਾ ਹੈਗਾ ਤਾਂ ਉਹਦੀ ਦੇਖਾ ਦੇਖੀ ਦੂਜਾ ਜਣਾ ਜ਼ਰੂਰ ਲੈਂਦਾ, ਕਿਉਂਕਿ ਐਂਡ ਦੇ ਅੰਦਰ ਸਾਨੂੰ ਇਹ ਹੋ ਜਾਂਦਾ ਕਿ ਵੀ ਮਰੀਜ਼ ਜਿਹੜਾ ਹੈਗਾ ਉਹਨੂੰ, ਜਿਹੜਾ ਪੇਸ਼ੈਂਟ ਹੈ ਜਾਂ ਜਿਹੜਾ ਵਰਤੋਂ ਕਰ ਰਿਹਾ ਹੈਗਾ, ਕਾਈਟ ਫਲਾਇੰਗ ਕਰ ਰਿਹਾ ਹੈਗਾ, ਉਹ ਬੰਦਾ ਆਪਣੀ ਪਤੰਗ ਨਹੀਂ ਕੱਟਣ ਦੇਣਾ ਚਾਹੁੰਦਾ। ਇੱਕ ਛੋਟੀ ਜਿਹੀ ਚੀਜ਼ ਪਿੱਛੇ ਆਪਾਂ ਕਿਸੇ ਦੀ ਜਾਨ ਖਤਰੇ 'ਚ ਪਾ ਰਹੇ ਹੈਗੇ ਹਾਂ, ਅਤੇ ਜ਼ਰੂਰੀ ਨਹੀਂ ਹੈ ਤੁਸੀਂ ਉਸ ਵੇਲੇ ਉਡਾ ਰਹੇ ਹੋ। ਤੁਸੀਂ ਅੱਜ ਉਡਾ ਕੇ ਪਤੰਗ ਛੱਡਤੀ ਹੈ, ਕੱਟੀ ਗਈ, ਉਹ ਤਾਰ ਦੇ ਤਾਰ ਵਾਂਗੂ ਕਿਤੇ ਕਿੰਨੀ ਦੇਰ ਲਟਕੀ ਰਹਿੰਦੀ ਹੈ ਸੜਕਾਂ 'ਤੇ, ਉਹ ਕਿਸੇ ਨੂੰ ਨਹੀਂ ਪਤਾ। ਅਤੇ ਇਹ ਪ੍ਰੋਬਲਮ ਦੇ ਅੰਦਰ ਜਿਹੜਾ ਵਰਤੋਂ ਕਰ ਰਿਹਾ ਉਹ ਵੀ ਕਿਸੇ ਦਿਨ ਫਸ ਸਕਦਾ ਹੈ।